जलंधर दे विच पिता ते कीता हमला पुत्र ने। कैनेडा तो आई पुत्र दी देखो करतूत, रखड़ी वाले दिन ही चाड़ दिता चंद। शराब पींदा पता नहीं की किस्वामा खांदा की नहीं खांदा। नकोदर दी पूरे वाल कलोनी दे विच इस वक्त दहशत दा माहौल बनिया होया है, क्योंकि कैनेडा तो आए मुंडे दे वल्लो अपने ही बुजुर्ग बाप ते तेज धार हथियारां दे नाल हमला करन दी जानकारी सामने आ रही है, जिस तो बाद बुजुर्ग दी हालत बहुत ज्यादा नाजुक बनी हुई है ते उस नूं लुधियाणा दे हस्पताल दे विच भर्ती करवाया गया है। ते उस वक्त यह हमला किया गया मुंडे दे वल्लो, जिस तो उसकी मां रखड़ी बनन दे लई अपने पेके गई हुई सी ते होर अपने मुंडे दियां ਕਿਹੜੀਆਂ ਕਰਤੂਤਾਂ ਮਾਂ ਨੇ ਬਿਆਨ ਕੀਤੀਆਂ ਨੇ, ਆਓ ਸੁਣਦੇ ਹਾਂ। ਪਹਿਲੇ ਉਹ ਜਨਾਨੀ ਉਧਰੋਂ ਬਾਹਰ ਗਏ, ਬਾਹਰੋਂ ਜਨਾਨੀ ਉਹਦੀ ਭੱਜ ਗਈ, ਕੁੜੀ ਭੱਜ ਗਈ, ਮਰ ਜਾ ਲਿਆ ਉਧਰ। ਅਸੀਂ ਇੱਧਰ ਮੰਗਾ ਲਿਆ ਤਾਂ ਮਰ ਜਾਏਗਾ ਇਕੱਲਾ ਹੀ। ਇੱਧਰ ਆਣ ਕੇ ਇੰਨੀ ਸੇਵਾ ਕੀਤੀ ਬਿਮਾਰ ਨੂੰ ਹਰਜੀਤ ਸਿੰਘ, ਅਸੀਂ ਕਿਹਾ ਚੱਲ ਇਹਦੀ ਸੇਵਾ ਕਰਾਂਗੇ ਠੀਕ ਹੋ ਜਾਏਗਾ। ਮੈਂ ਅੱਜ ਹੀ ਘਰੋਂ ਗਈ ਹਾਂ, ਮੇਰੇ ਬੰਦੇ ਨੂੰ ਕੋਈ ਛੱਡਿਆ ਬੱਕਰੇ ਮਗਰ, ਮੇਰਾ ਕੋਈ ਨੀ ਇਸ ਲਗਾ ਜੀ ਮੈਂ ਮਰ ਜਾਂਗੀ। ਮੇਰਾ ਬੰਦਾ ਮਰ ਗਿਆ, ਮੈਂ ਲੁਧਿਆਣੇ ਗਈ ਸੀ, ਮੈਂ ਲੁਧਿਆਣੇ ਕਿਸੇ ਲੱਕੜੀਆਂ ਦੇਣ ਵਾਸਤੇ, ਮੈਨੂੰ ਛੱਡ ਕੇ ਆਇਆ ਆਪ ਜਾ ਕੇ। ਮੈਨੂੰ ਕਹਿੰਦਾ ਮੰਮੀ ਤੂੰ ਕਦੋਂ ਆਣਾ, ਮੈਂ ਕਿਹਾ ਮੈਂ ਆਵਾਂਗੀ, ਮੈਂ ਤੈਨੂੰ ਸ਼ਿੰਦੇ ਫੋਨ ਕਰਾਂਗੀ ਬਾਈਪਾਸ ਤੋਂ। ਮੈਨੂੰ ਮੁੜ ਕੇ ਇੱਧਰ ਉੱਧਰ ਬੂਹਾ ਮਾਰ ਕੇ ਉਹਨੂੰ ਡੱਕ ਕੇ ਚੱਲ ਗਿਆ, ਮਾਰ ਕੇ ਮੈਨੂੰ ਭਾਈ ਨੇ ਫੋਨ ਕੀਤਾ। ਸ਼ਰਾਬ ਪੀਂਦਾ ਪੁੱਤਰ, ਸ਼ਰਾਬ ਪੀਂਦਾ ਪਤਾ ਨੀ ਕੀ ਕਿਸਵਾਵਾਂ ਖਾਂਦਾ ਕੀ ਨਹੀਂ ਖਾਂਦਾ। ਦੂਜੇ ਪਾਸੇ ਘੱਡਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਜਿਹੜਾ ਹਮਲਾਵਰ ਹੈ, ਜਿਹੜਾ ਜ਼ਖਮੀ ਦਾ ਪੁੱਤਰ ਦੱਸਿਆ ਜਾ ਰਿਹਾ ਹੈ, ਉਸ ਨੂੰ ਲੱਭਣ ਦੇ ਲਈ ਪੁਲਿਸ ਸੀਸੀਟੀਵੀ ਵੀਡੀਓਜ਼ ਵੀ ਖੰਗਾਲ ਰਹੀ ਹੈ ਤੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ। ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪਰਿਵਾਰ ਕਲੋਨੀ ਦੇ ਵਿੱਚ ਕਿਸੇ ਨੇ ਆਪਣੇ ਫਾਦਰ ਤੇ ਹਮਲਾ ਕਰ ਦਿੱਤਾ, ਉਹਨੂੰ ਸ਼ਾਰਪ ਪੈਂਚ ਵੈਪਨਸ ਦੇ ਨਾਲ ਜਿਹੜਾ ਜ਼ਖਮੀ ਕੀਤਾ। ਉੱਥੇ SHO ਸਿਟੀ ਨੇ ਮੌਕੇ ਤੇ ਜਾ ਕੇ ਮੈਨੂੰ ਫੋਨ ਤੇ ਦੱਸਿਆ ਹੋਇਆ ਕਿ ਹਰਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਇੰਜਰਡ ਹੈ, ਉਹਦਾ ਬੇਟਾ ਸਤਿੰਦਰ ਹੈ ਜਿਹੜਾ ਸੱਟਾ ਮਾਰ ਕੇ ਤੇ ਫਰਾਰ ਹੋ ਗਿਆ ਵਾ। ਇਹ ਘਰ ਦੇ ਵਿੱਚ ਤਿੰਨ ਜਣੇ ਹੀ ਰਹਿੰਦੇ ਸੀਗੇ, ਹਰਜੀਤ ਸਿੰਘ, ਉਹਦੀ ਵਾਈਫ ਤੇ ਉਹਦਾ ਬੇਟਾ। ਉਹਦੀ ਵਾਈਫ ਜਿਹੜੀ ਉਹ ਕਿਸੇ ਕੰਮ ਕਰ ਰਹੀ ਅੱਜ ਲੁਧਿਆਣੇ ਗਈ ਹੋਈ ਸੀਗੀ, ਤੇ ਜਿਹੜੇ ਇਹਦੇ ਦੋ ਤਿੰਨ ਬੱਚੇ ਹੋਰ ਆ, ਦੋ ਬੇਟੇ ਤੇ ਇੱਕ ਬੇਟੀ, ਉਹ ਅਬਰਾਡ ਨੇ ਬਾਹਰ ਹੈ। ਇਹਨੂੰ ਇੰਜਰਡ ਨੂੰ ਜਿਹੜਾ ਵਾ ਫਰਦਰ ਰੈਫਰ ਕਰ ਦਿੱਤਾ ਗਿਆ ਅੱਗੇ ਫਰਦਰ ਟ੍ਰੀਟਮੈਂਟ ਲਈ, ਤੇ ਜਿਹੜਾ ਇਹਦਾ ਜਿਹੜਾ ਬੇਟਾ ਹੈ ਉਹ ਭਗੌੜਾ ਹੈ, ਉਹਦੀ ਜਿਹੜੀ ਹੈ ਅਸੀਂ ਪਾਰਟੀਆਂ ਭੇਜ ਦਿੰਦੇ ਹਾਂ ਇਲਾਜ ਵਾਸਤੇ, ਤੇ ਇਹ ਇਹਨੂੰ ਜਿਹੜਾ ਸਟੇਟਮੈਂਟ ਲੈ ਕੇ ਇੰਜਰਡ ਦੀ ਅਗਲੀ ਜਿਹੜੀ ਕਾਰਵਾਈ ਅਮਲ ਚ ਲੈਂਦੀ ਜਾਏਗੀ। ਜਲੰਧਰ ਤੋਂ ਸੰਦੀਪ ਕੌਲ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।